ਕਹਿੰਦੇ ਤੇਰੇ ਤਰਨ ਦਾ ਇੱਕੋ ਇੱਕ ਥਾਂ ਹੈ ਕਿ ਮਹਾਂਪੁਰਸ਼ ਦਾ ਪੱਲਾ ਫੜਦਾ। ਧੰਨ ਬਾਬਾ ਮਹਾਰਨਾਮ ਸਿੰਘ ਜੀ ਮਹਾਰਾਜ ਪੁੱਛੋ ਵਾਲੇ, ਜਦ ਤੱਕ ਨਹੀਂ ਕੋਈ ਟਿਕਾਣਾ ਮਿਲਿਆ, ਬਾਬਾ ਆਨੰਦ ਸਿੰਘ ਜੀ ਮਹਾਰਾਜ ਨੂੰ ਨਹੀਂ ਪੂਰਾ ਮਹਾਂਪੁਰਖ ਮਿਲਿਆ, ਉਹ ਤੱਕ ਸਭ ਥਾਵਾਂ 'ਤੇ ਗਏ, ਬੜੇ ਬੜੇ ਸਾਧਨਾ ਕੀਤੀਆਂ, ਤਪ ਕੀਤੇ, ਫਲ ਕੀ ਹੋਇਆ ਕਿ ਮਹਾਂਪੁਰਖ ਮਿਲਿਆ। ਆਖੋ ਸੀ ਬਾਬਾ ਆਨੰਦ ਸਿੰਘ ਜੀ ਨੂੰ ਫਲ ਕੀ ਮਿਲਿਆ? ਬਾਬਾ ਫਰੀਦ ਜੀ ਨੂੰ 36 ਸਾਲ ਦੇ ਤਪ ਦਾ ਫਲ ਕੀ ਮਿਲਿਆ? ਫਲ ਮਿਲਿਆ ਕਿ ਮਹਾਂਪੁਰਖ ਮਿਲਿਆ? ਜਿਸਨੇ ਬਾਬਾ ਫਰੀਦ ਜੀ ਨੂੰ ਖੁਦਾ ਅੱਲਾ ਤਾਲਾ ਦਾ ਰੂਪ ਹੀ ਬਣਾ ਦਿੱਤਾ, ਫਿਰ ਇੱਕੋ ਹੀ ਗੁਰੂ ਅਰਾਧਿਆ, ਇੱਕੋ ਹੀ ਜਪਿਆ, ਇੱਕੋ ਹੀ ਸਿਮਰਿਆ। ਇੱਕੋ ਹੀ ਧਿਆਨ ਧਰਿਆ। ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਸਭ ਕੁਛ ਪਾ ਲਿਆ, ਜਿਹੋ ਜਿਹੇ ਜਾਓ ਤਹਾਂ ਤੇਰੀ ਸੇਵਾ, ਮੈਂ ਜਿੱਥੇ ਵੀ ਜਾਣਾ ਤੈਨੂੰ ਹਿਰਦੇ 'ਚ ਬਿਠਾ ਲਾ। ਤੁਮਸੋ ਠਾਕਰ ਔਰ ਨਾ ਦੇਵਾ, ਤੇਰੇ ਵਰਗਾ ਕੋਈ ਠਾਕਰ ਨਹੀਂ, ਕੋਈ ਦੇਵਤਾ ਨਹੀਂ। ਤੁਮਰੇ ਭਜਨ ਕੱਟੇ ਜਮ ਫਾਸਾ, ਭਗਤ ਹੇਤ ਗਾਵੇ ਰਵਿਦਾਸ, ਅੰਚਲ ਗਹਿਖੇ ਸਾਧਕਾ। ਕਿ ਬਾਬਾ ਫਰੀਦ ਜੀ ਨੂੰ 36 ਸਾਲ ਤਪ ਕਰਕੇ ਇੱਕ ਠੋਕਰ ਪਈ ਕਿ ਫਰੀਦਾ ਮੈਂ ਖਸਮ ਵਾਲੀ ਹਾਂ, ਮੈਨੂੰ ਖਸਮੀ ਨਹੀਂ, ਤੇਰਾ ਖਸਮ ਕਿਹੜਾ? ਖਸਮ ਪਰਮਾਤਮਾ ਹੈ, ਅੱਲਾ ਤਾਲਾ ਹੈ, ਉਹ ਤਾਂ ਸਭ ਦਾ ਹੈ। ਕਿਹੜਾ ਗੁਰੂ ਪੀਰ ਧਾਰਿਆ? ਕਹਿੰਦਾ ਮੈਨੂੰ ਤਾਂ ਪਤਾ ਨਹੀਂ, ਤੈਨੂੰ ਨਜ਼ਰ ਆਉਂਦਾ ਹੈ, ਤੂੰ ਭੈਣ ਦੀ ਘਰ ਦੀ ਅੱਗ ਵੀ ਬੁਝਾ ਰਹੀ ਹੈ, ਅਤੇ ਧਿਆਨ ਲਾ ਕੇ ਦੇਖ ਮੈਨੂੰ ਰੱਬ ਦੀ ਦਰਗਾਹ ਤੱਕ ਪਹੁੰਚਾਉਣ ਵਾਲਾ ਕੌਣ ਹੈ? ਉਹਨੇ ਕਿਹਾ ਇਸ ਵੇਲੇ ਪੂਰਨ ਮਹਾਂਪੁਰਖ ਸਾਈਂ ਦਾ ਨਾਮ ਜਪਣ ਵਾਲੇ, ਦਿਨ ਰਾਤ ਇਕੱਲਾ 'ਤੇ ਵਿਸ਼ਵਾਸ ਕਰਨ ਵਾਲੇ, ਅਜਮੇਰ ਵਿੱਚ ਰਹਿੰਦੇ ਆ ਮਹਾਂਪੁਰਖ, ਖਵਾਜਾ ਬਾਬਾ ਫਰੀਦ ਜੀ ਦੇ ਗੁਰੂ ਜੀ ਬਣੇ। ਅਤੇ ਕੀ ਕੀਤਾ ਉੱਥੇ? ਗੁਰੂ ਦੇ ਕੱਪੜੇ ਧੋਤੇ ਆ, ਗੁਰੂ ਦਾ ਇਸ਼ਨਾਨ ਕਰਾਇਆ, ਗੁਰੂ ਦੇ ਝਾੜੂ ਲਾਏ ਨੇ, ਗੁਰੂ ਨੂੰ ਲੰਗਰ ਛਕਾਇਆ, ਗੁਰੂ ਦੇ ਹੁਕਮ 'ਚ ਕਾਰ ਕੀਤੀ। ਇੱਕ ਤੇਰੇ ਤੋਂ ਬਿਨਾਂ ਮੈਂ ਕਿਸੇ ਨੂੰ ਜਾਣਦਾ ਨਹੀਂ, ਆਖੋ ਸੀ ਤੂੰ ਹੀ ਇਹ ਮੇਰਾ ਸਭ ਕੁਛ। ਬਾਬਾ ਜੀ ਪੁੱਛੋ ਵਾਲਿਆਂ ਨੂੰ ਬਾਬਾ ਆਨੰਦ ਸਿੰਘ ਜੀ ਨੇ ਕੀ ਮੰਨਿਆ? ਸੰਤ ਮਹਾਂਪੁਰਸ਼ ਨਹੀਂ ਉਹਨਾਂ ਨੇ ਮੰਨਿਆ, ਇਹ ਰੱਬੇ ਗੁਰੂ ਨਾਨਕੇ ਭੇਸ ਬਟਾ ਕੇ ਆਏ ਹੋਏ ਧਰਤੀ ਦੇ ਜਿਸ ਗੁਰੂ ਨਾਨਕ ਨੂੰ ਮੈਂ ਪਾਲ ਰਿਹਾ, ਇਹੀ ਨਹੀਂ। ਫਿਰ ਜੋ ਹੁਕਮ ਹੋਇਆ ਹੈ ਉਹੀ ਨਾਮ ਜਪਿਆ, ਉਹੀ ਸੇਵਾ ਕੀਤੀ, ਉਹੀ ਭਾਵਨਾ ਰੱਖੀ। ਜਿੱਧਰ ਨੂੰ ਬਾਬਾ ਜੀ ਪੁੱਛੋ ਵਾਲੇ ਉਂਗਲ ਉਠਾਉਂਦੇ ਆ, ਮਾਝ ਨੂੰ ਤੁਰ ਜਾਂਦੇ ਆ। ਹੁਕਮ ਮਹਾਂਪੁਰਸ਼ ਇਸ਼ਾਰਾ ਕਰਦੇ ਆ, ਇੱਧਰ ਨੂੰ ਆ ਜਾਂਦੇ ਆ।
ਉੱਥੇ ਬਹਿ ਕੇ ਨਾਮ ਜਪਦੇ ਭਾਂਡਾ ਨਾਮ ਨਾਲ ਧੋਤਾ ਜਾਂਦਾ ਹੈ, ਸਿਮਰ ਨਾਲ ਧੋਤਾ ਜਾਂਦਾ ਹੈ, ਭਗਤੀ ਨਾਲ ਧੋਤਾ ਜਾਂਦਾ ਹੈ, ਭੜਕ ਭੜਕ ਕੇ ਨਹੀਂ ਧੋਤਾ ਜਾਂਦਾ। ਅੰਚਲ ਕਹਿ ਕੇ ਸਾਧਕਾ ਤਰਨਾ ਇਹੋ ਸੰਸਾਰ ਅੱਗੇ ਪਾਰ ਬ੍ਰਹਮ ਰਾਧਿਆ ਉਦਰੇ ਸਭ ਸੇਵਿਆ ਸੰਤ ਨੂੰ ਤੇ ਆਰਾਧਨਾ ਕਿੰਨੀ ਕੀਤੀ ਪਰਮਾਤਮਾ ਦੀ, ਪਰਮੇਸ਼ਰ ਦੀ, ਸ੍ਰਿਸ਼ਟੀ ਦੇ ਮਾਲਕ ਦੀ। ਉਹੋ ਹੀ ਮੰਨਿਆ ਹੈ, ਕਹਿੰਦੇ ਤੂੰ ਆਪਦੇ ਇਕੱਲੇ ਦਾ ਫਿਕਰ ਨਾ ਕਰ, ਇਹੋ ਜਿਹੇ ਮਹਾਂਪੁਰਸ਼ ਮਿਲ ਗਏ ਤੇਰਾ ਪਰਿਵਾਰ ਤਰ ਜਾਏਗਾ ਆਪੋ ਜੀ। ਉਧਰੇ ਸਭ ਪਰਿਵਾਰ ਅੰਚਲ ਗਹਿ ਖੇ ਸਾ ਪੱਲਾ ਫੜਦਾ, ਇਹ ਤਰਨ ਦਾ ਥਾਂ ਇਹ ਸੰਸਾਰ ਚ ਸਾਰਾ ਪਰਿਵਾਰ, ਸਾਰਾ ਪਰਿਵਾਰ ਹੀ ਤਰ ਜਾਏਗਾ। ਮੰਜ ਪਿਆਰਾ ਗੁਰੂ ਕੋ, ਗੁਰੂ ਮੰਜ ਪਿਆਰਾ, ਮੰਜ ਗੁਰੂ ਨੂੰ ਪਿਆਰਾ ਹੈ, ਗੁਰੂ ਮੰਜ ਨੂੰ ਪਿਆਰਾ ਹੈ, ਤੇ ਮੰਜ ਗੁਰੂ ਕਾ ਬੋਏ ਥਾ ਜਗ ਲੰਘਣ ਹਾਰਾ। ਭਾਈ ਮੰਜ ਸਾਰਾ ਪਰਿਵਾਰ ਤੇਰਾ ਤਰੇਗਾ, ਤੇਰੀ ਸਿੱਖੀ ਸੇਵਕੀ, ਤੂੰ ਜਹਾਜ਼ ਏ ਗੁਰੂ ਕਾ, ਜਿਹੜਾ ਚੜੇਗਾ ਉਹ ਤਰ ਜਾਏਗਾ, ਜਿਹੜਾ ਤੇਰੇ ਸੰਗ ਲੱਗੇਗਾ। ਪਾਰ ਬ੍ਰਹਮ ਅਰਾਧਿਆ ਉਧਰੇ ਸਭ ਪਰਿਵਾਰ ਅੱਗੇ ਬੜੇ ਬੜੇ ਸਾਜਨ ਬੰਧ ਸੁਮਿੱਤਰ ਸੋ, ਸਾਜਨ ਵੀ ਉਹ ਹੋਏ, ਮਿੱਤਰ ਵੀ ਉਹ ਹੋਏ, ਬੰਧੂ ਵੀ ਉਹ ਹੋਏ। ਹਰੀ ਦਾ ਨਾਮ ਹਿਰਦੇ ਚ ਦੇਵੇ, ਹਿਰਦੇ ਚ ਜਿੰਦੀ ਸੰਗਤ ਕਰਕੇ ਤਸੱਲੀ ਹੋਵੇ ਕਿ ਮੇਰਾ ਹਿਰਦਾ ਜਾਪਦਾ ਹੈ, ਮੇਰਾ ਹਿਰਦਾ ਸਿਮਰਦਾ ਹੈ, ਮੇਰਾ ਮਨ ਜੁੜਦਾ। ਜਿੱਥੇ ਤਸੱਲੀ ਨਹੀਂ ਆਈ, ਮਾਏ ਮੁੰਡੋ ਤਿਸ ਗੁਰੂ ਕੀ, ਜਾਂ ਤੇ ਭਰਮ ਨਾ ਜਾਏ। ਇਹੋ ਜਿਹੀ ਗੁਰੂ ਦੀ ਮਾਂ ਦਾ ਸਿਰ ਮੁੰਡ ਦਿਓ ਜਿਹਦੇ ਤੋਂ ਭਰਮ ਹੀ ਨਹੀਂ ਜਾਂਦਾ। ਉਸ ਗੁਰੂ ਤੋਂ ਕੀ ਲੈਣਾ ਹੈ ਜਿੱਥੇ ਤੁਹਾਡਾ ਭਰਮ ਹੀ ਨਹੀਂ ਜਾਂਦਾ। ਉਹਦੀ ਮਾਂ ਦਾ ਸਿਰ ਮੁੰਡ ਦਿਓ। ਸਾਜਨ ਮੀਤ ਮਿੱਤਰ ਸੱਜਣ ਰਿਸ਼ਤੇਦਾਰ ਉਹ ਹੀ ਹੈ ਸਾਡਾ ਜਿਹੜਾ ਸਾਨੂੰ ਹਿਰਦੇ ਵਿੱਚ ਹਰੀ ਦਾ ਨਾਮ ਦੇਵੇ। ਅੱਗੇ ਜੀ ਔਗਣ ਸਭ ਮਿਠਾਇਕੈ ਪਰ ਉਪਕਾਰ ਕਰੀ, ਸਾਰੇ ਔਗਣ ਮਿਟਾ ਦੇਗਾ ਤੇ ਗੁਰੂ ਕਿਰਪਾ ਕਰ ਦੇਗਾ, ਫਿਰ ਪਰਪਕਾਰ ਹੋਏਗਾ, ਫਿਰ ਪਰਪਕਾਰ ਹੋਣਗੇ। ਪਹਿਲੋਂ ਆਪਣੇ ਤੇ ਪਰਪਕਾਰ ਹੋਏਗਾ, ਫਿਰ ਦੂਜਿਆਂ ਤੇ ਹੋਏਗਾ। ਸਭ ਔਗਣਾਂ ਨੂੰ ਮਿਟਾ ਕੇ ਫਿਰ ਕੋਈ ਔਗਣ ਨਹੀਂ ਖਿਆਲ 'ਚ ਰੱਖਣਾ, ਕੋਈ ਔਗਣ ਨਹੀਂ ਅੰਦਰ ਵੜਨ ਦੇਣਾ। ਚੰਗਾ ਨਹੀਂ ਖਾਣੇ 'ਚ ਕੱਖ ਡਿੱਗੇ, ਖਾਣੇ 'ਚ ਕੋਈ ਜੀਵ ਡਿੱਗੇ, ਖਾਣੇ ਦੇ ਵਿੱਚ ਕੋਈ ਮਾੜੀ ਛਿੱਟ ਪੈ ਜੇ। ਖਾਣਾ ਪਵਿੱਤਰ ਰੱਖ ਜੇ ਤੂੰ ਖਾਣਾ, ਸਰੀਰ ਨੂੰ ਪਵਿੱਤਰ ਕਰ ਲਾ। ਨਾ ਨਿੰਦਿਆ, ਨਾ ਚੁਗਲੀ, ਨਾ ਈਰਖਾ, ਨਾ ਦੁਆਇਸ਼, ਨਾ ਕਿਸੇ ਦੇ ਈਰਖਾ ਜਾਗੇ, ਨਾ ਮਨ 'ਚ ਸਾੜ ਆਵੇ, ਨਾ ਕਲਪਨਾ ਕਲੇਸ਼ ਆਵੇ। ਇਹਨਾਂ ਨੂੰ ਸਾੜ ਦੇ ਅਤੇ ਪਰਪਕਾਰੀ ਬਣ ਜਾ, ਮਹਾਂਪੁਰਖਾਂ ਦੀ ਪੱਲਾ ਫੜ ਕੇ। ਸੰਸਾਰ ਤੋਂ ਤਰਨ ਦਾ ਇਹੋ ਹੀ ਸਾਧਨ। ਔਗੁਣ ਸਭ ਜਲਾਏ ਕੇ ਪਰਪਕਾਰ ਕਰੇ। ਅੱਗੇ
मालिक जाना थे ओ कर हर के चरण निधान। जिन्ना देर पर माल ते खजाना है ना उन समझ मिट्टी का ढेर है ते जेड़े रब दे चरण ने ना परमात्मा दे प्रभु दे परमेश्वर दे गुरु दे उन्हां नूं हिरदे च बिठा। बाकी छड़ दे सारा कुछ